ਲਈ ਬਲ ਮਿਲਿਆ ਤੇ ਮੈਨੂੰ ਪੂਰੀ ਆਸ ਹੈ ਇਹਨਾਂ ਦੇ ਆਉਣ ਨਾਲ, ਇਹਨਾਂ ਦੀ ਟੀਮ ਦੇ ਆਉਣ ਨਾਲ ਆਪਣੇ ਜਿਹੜੇ ਇਸ ਇਲਾਕੇ 'ਚ ਬਹੁਤ ਵੱਡੀ ਲੀਡ ਤੇ ਕਾਂਗਰਸ ਨੂੰ ਹਰਾਵਾਂਗੇ। ਆਪਣੇ ਆਪਣੇ ਹੀ ਹੁੰਦੇ, ਤੁਸੀਂ ਦੇਖ ਲਿਓ, ਬਾਦਲ ਪਿੰਡ ਇੱਥੋਂ 40 ਮਿੰਟ ਦਾ ਰਾਹ ਹੈ। ਜੋ ਕੰਮ, ਜੋ ਤੁਹਾਡੀ ਤਕਲੀਫ ਹੋਏ, ਜੋ 40 ਮਿੰਟਾਂ 'ਚ ਹੱਲ ਹੋ ਸਕਦੀ ਹੈ, ਇੱਥੋਂ ਪਟਿਆਲੇ ਜਾ ਕੇ ਨਹੀਂ ਹੋ ਸਕਦੀ, ਜਾਂ ਕਿਤੇ ਪੰਜਾਬ 'ਚ ਕਿਤੇ ਹੋਰ ਜਾ ਕੇ ਨਹੀਂ ਹੋ ਸਕਦਾ। ਤੁਸੀਂ ਆਪ ਦੇਖਿਆ ਕਿ ਅਸੀਂ ਸੇਵਾ ਕੀਤੀ ਜਿਵੇਂ ਘਰੇ ਸੇਵਾ ਕਰੀਦੀ ਹੈ। ਤੁਸੀਂ ਦੇਖੋ ਕਈ ਚੀਜ਼ਾਂ ਤੁਸੀਂ ਮੰਗੀਆਂ ਵੀ ਨਹੀਂ ਹੋਣੀਆਂ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆਏ ਹਾਂ। ਆਹ ਦਿਲੋਂ ਸ਼ੌਕ ਹੈ, ਦਿਲੋਂ ਦਿਲੋਂ ਸੇਵਾ ਕਰਨ ਦਾ ਸ਼ੌਕ ਹੈ, ਦਿਲੋਂ ਇਸ ਇਲਾਕੇ ਨੂੰ ਤਰੱਕੀ ਕਰਾਉਣ ਦਾ। ਤੁਸੀਂ ਬਠਿੰਡੇ ਵਾਲਾ ਸਾਰਾ ਇਲਾਕਾ ਸਭ ਤੋਂ ਪਿਛੜਿਆ ਹੋਇਆ ਪੰਜਾਬ 'ਚ ਕਿਹਾ ਜਾਂਦਾ ਸੀ, ਅੱਜ ਲੁਧਿਆਣੇ ਚਲੇ ਜਾਓ ਤਾਂ ਤੁਹਾਨੂੰ ਐਂ ਲੱਗਦਾ ਕਿ ਬਠਿੰਡਾ ਬੈਟਰ ਹੈ, ਥੋੜ੍ਹਾ ਲੱਗਦਾ ਲੁਧਿਆਣੇ ਨਾਲ। ਪਛਾਣ ਸਕਦੇ ਹੋ ਬਠਿੰਡੇ ਨੂੰ? 7 ਸਾਲ ਪਹਿਲੇ ਕੀ ਬਠਿੰਡਾ ਸੀ, ਇੱਥੇ ਬਠਿੰਡਾ, ਇੱਥੇ ਸ਼ਹਿਰ, ਹੁਣ ਦੇਖੋ ਕਿਹੋ ਜਿਹਾ ਸ਼ਹਿਰ ਬਣ ਗਿਆ, ਕਿਹੋ ਜਿਹਾ ਇਲਾਕੇ ਤਰੱਕੀ ਆ ਗਈ। ਕੋਈ ਸੋਚ ਨਹੀਂ ਸਕਦਾ ਜੀ ਹਵਾਈ ਅੱਡਾ ਇੱਥੋਂ ਹੀ ਹਵਾਈ ਜਹਾਜ਼ ਚੱਲਿਆ ਕਰਨਗੇ, ਕੋਈ ਸੋਚ ਨਹੀਂ ਸਕਦਾ ਸੀ ਇੱਥੋਂ ਸ਼ਤਾਬਦੀ ਨਾਲ ਪੂਰਾ ਦੇਸ਼ ਨਾਲ ਜੋੜਿਆ ਜਾਊਗਾ, ਕੋਈ ਸੋਚ ਨਹੀਂ ਸਕਦਾ ਸੀ। ਯਾਦ ਕਰੋ ਜਦੋਂ ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਂਦੇ ਡਰ ਲੱਗਦਾ ਸੀ ਕਿਤੇ ਨਾ ਕਿਤੇ ਐਕਸੀਡੈਂਟ ਨਾ ਹੋ ਜਾਏ, ਕਈ ਹਜ਼ਾਰ ਮੌਤਾਂ ਹੋਈਆਂ, ਸਿੰਗਲ ਸੜਕ ਹੁੰਦੀ ਸੀ। ਅੱਜ ਅੱਖਾਂ ਮੀਚ ਕੇ ਤੁਸੀਂ ਜਾਓ, 2.25 ਘੰਟੇ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾ ਸਕਦੇ ਹੋ। ਇਹ ਜੀ ਵਧੀਆ ਸੜਕਾਂ ਚਾਰੋਂ ਤਰਫ ਬਣਾ ਦਿੱਤੀਆਂ, ਹਰ ਗਰੀਬ ਨੂੰ, ਹਰ ਕਿਸਾਨ ਨੂੰ, ਹਰ ਮਜ਼ਦੂਰ ਨੂੰ ਹਰ ਤਕਲੀਫ ਦੂਰ ਕੀਤੀ। ਮੈਨੂੰ ਯਾਦ ਹੈ ਮੈਂ ਕੋਟ ਸ਼ਮੀਰ ਆਇਆ ਸੀ ਤੇ ਇਹਨਾਂ ਨੇ ਕੋਈ ਗ੍ਰਾਂਟ ਗਰੁੰਟ ਦੀ ਗੱਲ ਕੀਤੀ ਤੇ ਮੈਂ ਕਿਹਾ ਯਾਰ ਟੋਟਲ ਪਿੰਡ ਕਿੱਡਾ ਗਿਆ, ਕਹਿੰਦੇ 8000 ਕੁਛ ਵੋਟਦਾ। ਮੈਂ ਅਫਸਰਾਂ ਨੂੰ ਬੁਲਾਇਆ, ਮੈਂ ਕਿਹਾ ਕਿੰਨਾ ਪੈਸਾ ਲੱਗੂ, ਕਿਹੜਾ ਬਿਮਾਰੀ ਗ੍ਰਾਂਟ ਦੀ ਕੱਢ ਦਿਓ। ਮੈਂ ਕਿਹਾ ਹਰ ਵਾਰ ਆਪਾਂ ਗ੍ਰਾਂਟ ਦਿੰਦੇ ਨੇ ਗਲੀਆਂ ਨਾਲੀਆਂ ਦੀਆਂ, ਉਹ ਗਲੀਆਂ ਨਾਲੀਆਂ ਅੱਜ ਤੱਕ ਨਹੀਂ ਬਣੀਆਂ, ਮਤਲਬ ਦੇਸ਼ ਨੂੰ ਆਜ਼ਾਦ ਹੋਏ ਨੂੰ ਆਉਂਗੇ। ਹਰ ਵਾਰ ਗਲੀ ਨਾਲੀ ਵੀ 5 ਲੱਖ, 10 ਲੱਖ, 20 ਲੱਖ ਬਣ ਜਾਂਦੇ ਆ, ਹਰ ਦੂਜੇ ਸਾਲ ਬਾਅਦ ਫਿਰ ਤੋਂ ਚੱਲ ਪੈਂਦਾ। ਮੈਂ ਕਿਹਾ ਦੱਸੋ ਗਲੀਆਂ ਵਧੀਆ ਸੀਮਟ ਦੀਆਂ ਸਟੋਰ ਨਾ, ਮਤਲਬ 12-15 ਕਰੋੜ ਪਹਿਲਾਂ ਕਿੰਨੇ, 14 ਕਰੋੜ। ਸਿੱਧਾ ਪਹਿਲੀ ਗੱਲ ਹੈ ਚੱਕੋ ਚੱਕ, ਤੁਸੀਂ ਦੇਖ ਲਓ। ਮੈਂ ਤੈਨੂੰ ਅੱਜ ਗਰੰਟੀ ਦਿੰਦਾ, ਪਰਮਾਤਮਾ ਮੇਹਰ ਕਰੇ 2.5 ਸਾਲ ਸਰਕਾਰ ਬਣ ਜੂਗੀ, ਜਿੰਨੇ 12,000 ਪਿੰਡ ਹੈ ਪੰਜਾਬ ਦੇ ਸਾਰਿਆਂ ਵਿੱਚ ਸ਼ਹਿਰ ਵਾਂਗੂ ਸੀਵਰੇਜ ਹੋਊਗਾ, ਸੀਮਟ ਦੀਆਂ ਗਲੀਆਂ ਹੋਣਗੀਆਂ, ਸਟਰੀਟ ਲਾਈਟਾਂ ਹੋਣਗੀਆਂ ਤੇ ਅੰਡਰਗਰਾਊਂਡ ਪਾਣੀ ਦੀ ਪਾਈਪ ਹੋਊਗੀ, ਜਿਵੇਂ ਸ਼ਹਿਰ ਹੈ ਉਵੇਂ 12,000 ਤੇ 12,000 ਪਿੰਡ ਮੈਂ ਨੱਕੀ ਬਣਾ ਦਿੰਦੇ ਹਾਂ। ਕੋਈ ਔਖਾ ਕੰਮ ਨਹੀਂ ਹੈ, ਇਰਾਦਾ ਚਾਹੀਦਾ, ਕੰਮ ਕਰਨ ਦਾ ਤਰੀਕਾ ਚਾਹੀਦਾ। ਆਹ ਬਿਜਲੀ ਦੇ ਥਰਮਲ ਪਲਾਂਟ ਦੇਖੋ ਕਿੰਨੇ ਕਿੰਨੇ ਕੱਟ ਲੱਗਦੇ ਹੁੰਦੇ ਸੀ, 5-5, 6-6 ਘੰਟੇ ਕੱਟ। ਜਦੋਂ ਮੈਂ ਕਿਹਾ ਬਿਜਲੀ ਆਮ ਆਮ ਕਰ ਦੋ, ਕਹਿੰਦੇ ਕਿਵੇਂ ਹੋਊਗੀ, ਐਵੇਂ ਕਹਿੰਦੇ ਆ ਜੀ, ਲਾ ਤੇ ਥਰਮਲ ਮਿੰਟਾਂ ਦੇ ਮਿੰਟਾਂ 'ਚ, ਅੱਜ ਦੇਖੋ ਬਿਜਲੀ ਆਮ ਆਮ ਹੈ। ਅੱਜ ਦੀ ਤਰੀਕ 'ਚ ਥੋੜੇ ਕੱਟ ਲੱਗਦੇ ਆ, ਕੱਟ ਤਾਂ ਦੱਸਾਂ ਕਿਉਂ, ਬਾਹਰ ਵੇਚੀ ਜਾਂਦੇ ਆ, ਪੈਸੇ ਕਮਾਉਣ ਤੇ ਲੱਗੇ ਬਿਜਲੀ ਦੇ। ਕਹਿੰਦੇ ਕੋਈ ਗੱਲ ਨੀ, ਪੰਜਾਬ ਦੇ ਲੋਕਾਂ ਨੂੰ ਘੱਟ 2-4 ਘੰਟੇ ਕਿਉਂ ਫਰਕ ਨੀ ਪੈਂਦਾ, ਬਾਹਰ ਵੇਚ ਕੇ ਪੈਸੇ ਕਮਾਓ। ਆ ਹਾਲਾਤ ਇਹਨਾਂ ਦੇ। ਤਾਂ ਇਸ ਕਰਕੇ ਆਹ ਜਿਹੜਾ ਇਲੈਕਸ਼ਨ ਹੈ ਬੜਾ ਅਹਿਮ ਇਲੈਕਸ਼ਨ ਹੈ। ਦੇਖੋ ਇੱਕ ਇਨਸਾਨ, ਇੱਕ ਪਾਰਟੀ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਪਿਛੋਕੜ ਜਾਣਦੇ ਹੋ। ਬਾਦਲ ਸਾਹਿਬ ਜੋ ਜ਼ਬਾਨ ਕਰਜਣ ਪੂਰੀ ਕਰਦੇ ਆ, ਭਾਵੇਂ ਸਿਰ ਵੱਢਿਆ ਜਾਏ।
ਨਾ ਅਸੀਂ ਕਿਤੇ ਲਾਰਾ ਲਾਇਆ ਨਾ ਡਰਾਮਾ ਕੀਤਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ, ਦੇਖੋ ਜੇ ਤੁਸੀਂ ਉਹ ਵੀਡੀਓ ਦੇਖੋ, ਸ਼ਾਇਦ ਟੀਵੀ ਤੇ ਮੈਂ ਆ ਰਿਹਾ ਸੀ ਦੇਖ ਰਿਹਾ ਸੀ, ਕੈਪਟਨ ਸਾਹਿਬ ਨੇ ਕੀ ਕਿਹਾ ਸੀ ਇੱਥੇ ਬਠਿੰਡੇ, ਗੁਟਕਾ ਸਾਹਿਬ ਤੇ ਹੱਥ ਰੱਖ ਕੇ ਆਪਣੇ ਮੱਥੇ ਨਾਲ ਸੀਸ ਨਾਲ ਲਾ ਕੇ ਕਿਹਾ ਸੀ ਕਿ ਮੈਂ ਗੁਟਕਾ ਸਾਹਿਬ ਦੀ ਸਹੁੰ ਖਾਂਦਾ, ਤਖ਼ਤ ਸ੍ਰੀ ਦਮਦਮਾ ਸਾਹਿਬ ਤਰਫ ਹੱਥ ਕਰਕੇ ਹੱਥ ਕੀਤਾ, ਕਹਿੰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਕਰਕੇ ਹੱਥ ਕਰਦਾ, ਤੇ ਤੀਜੀ ਗੱਲ ਕੀ ਉਹਨਾਂ ਨੇ ਕਿ ਮੈਂ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾਂਦਾ, ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾਂਦਾ, ਤੇ ਚਰਨਾਂ ਦੀ ਸਹੁੰ ਖਾ ਕੇ ਮੁੱਕਰ ਜੇ, ਇਹ ਤੋਂ ਘਟੀਆ ਇਨਸਾਨ ਕੌਣ ਹੋ ਸਕਦਾ? ਜਿਹੜਾ ਬੰਦਾ ਗੁਰੂ ਆਪਣੇ ਗੁਰੂ ਸਾਹਿਬਾਨ ਨੂੰ ਨਹੀਂ ਬਖਸ਼ ਸਕਦਾ, ਉਹਨਾਂ ਦੀ ਝੂਠੀ ਸਹੁੰ ਖਾ ਸਕਦਾ, ਤੇ ਉਹ ਤੁਹਾਡਾ ਆਪਾਂ ਕੀ ਚੀਜ਼, ਆਪਾਂ ਤਾਂ ਕੁਛ ਵੀ ਨਹੀਂ। ਗੱਲ ਵਧੀਆ, ਉਹਨੇ ਠੱਗੀ ਮਾਰਨੀ ਸੀ, ਠੱਗੀ ਮਾਰ ਲਈ, ਉਹਨੇ ਇੰਨਾ ਠੱਗੀ ਮਾਰ ਕੇ ਉਹਨੂੰ ਪਤਾ ਸੀ ਕਿ ਜੇ ਨਾ ਹੀ ਝੂਠੀ ਸਹੁੰ ਖਾਊਂਗਾ ਤਾਂ ਸਰਕਾਰ ਫਿਰ ਤੋਂ ਬਾਦਲ ਸਾਹਿਬ ਦੀ ਬਣ ਜਾਣੀ ਹੈ। ਪਰ ਉਹਨਾਂ ਨੇ ਝੂਠ ਏਜਾ ਬੋਲਿਆ, ਸਰਕਾਰ ਬਣਾ ਲਈ, ਤੇ ਇੱਕ ਹਫ਼ਤੇ ਬਾਅਦ ਉਹਨੇ ਐਲਾਨ ਕਰਤਾ ਜਦੋਂ ਮੁੱਖ ਮੰਤਰੀ ਗਿਆ ਕਿ ਅਗਲਾ ਇਲੈਕਸ਼ਨ ਮੈਂ ਲੜਨਾ ਹੀ ਨਹੀਂ, ਮਤਲਬ ਤੁਸੀਂ ਮੇਰਾ ਕੁਛ ਵਿਗਾੜ ਵੀ ਨਹੀਂ ਸਕਦੇ, ਹੁਣ ਮੈਂ ਤਾਂ ਠੱਗੀ ਮਾਰ ਲਈ ਹੁਣ ਇਹ। ਪਰ ਉਹਨੂੰ ਪਤਾ ਨਹੀਂ ਇੱਕ ਮੌਕਾ ਆਪਣੇ ਕੋਲ ਆਊਗਾ ਉਹਨੂੰ ਸਬਕ ਸਿਖਾਉਣ ਦਾ ਪਾਰਲੀਮੈਂਟ ਦਾ। ਮੈਂ ਕਹਿੰਦਾ 13 ਦੀਆਂ 13 ਸੀਟਾਂ ਜਿਤਾ ਦਿਓ, ਉਹ ਅਗਲੇ ਦਿਨ ਮੁੱਖ ਮੰਤਰੀ ਰਹਿੰਦਾ, ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ। ਦੇਖੋ 2.5 ਸਾਲ ਤਾਂ ਟੱਪ ਗਏ, ਤੁਸੀਂ ਸੀਟਾਂ ਜਿਤਾ ਦਿਓ 29 ਤਰੀਕ ਨੂੰ, ਆਪਣੇ 23 ਨੂੰ ਰਿਜ਼ਲਟ ਆਉਣਾ ਅਗਲੇ ਮਹੀਨੇ ਦੇ, ਉਸੇ ਦਿਨ ਤੋਂ ਤੁਹਾਡੀ ਸਰਕਾਰ ਚੱਲ ਪਊ। ਕਿਸੇ ਅਫਸਰ ਦੀ ਹਿੰਮਤ ਨਹੀਂ ਹੋਊਗੀ ਤੁਹਾਡਾ ਪੰਗਾ ਲੈਣ ਦੀ। ਜਿਹੜੇ ਥੋੜੇ ਮੋਟੇ ਕਾਂਗਰਸੀ ਟਕੂਸੀਆਂ ਜੀ ਮਰੀ ਜਾਂਦੇ, ਸਾਰੇ ਖੁੱਡਾਂ 'ਚ ਵੜ ਜਾਂਦੇ। ਅੱਜ ਇਹ ਝੂਠੇ ਝੂਠੇ ਕੇਸ ਅਫਸਰ ਕਰੀ ਜਾਂਦੇ ਨਾ, ਕਿਸੇ ਦੀ ਹਿੰਮਤ ਨਹੀਂ ਹੋਊਗੀ, ਉਹਨੂੰ ਪਤਾ ਕਿ ਆ ਗਏ ਆ ਗਏ ਆ ਗਏ। ਤੇ ਮੈਂ ਦਿਲੋਂ ਜੀਆਂ ਕਹਿਣਾ ਚਹਿਲ ਸਾਹਿਬ ਨੂੰ, ਇਹਨਾਂ ਦੇ ਸਾਰੇ ਪਰਿਵਾਰ ਨੂੰ, ਇਹਨਾਂ ਦੀ ਸਾਰੀ ਟੀਮ ਨੂੰ, ਤੇ ਪੂਰਾ ਵਿਸ਼ਵਾਸ ਦੇਣਾ ਚਹਿਲ ਸਾਹਿਬ ਜੀ ਅਗਲੀ ਵਾਰ ਆਵਾਂਗੇ ਨਾ ਤੁਹਾਡੇ ਪਿੰਡ ਸਰਕਾਰ ਬਣਾ ਕੇ, ਮੈਂ ਟਰੈਕਟਰ ਟਰਾਲੀ ਲੱਦ ਕੇ ਲਿਆਊਂਗਾ, ਨੋਟਾਂ ਦੀ ਲਾ ਲਿਓ ਜਿੰਨੀਆਂ ਬੋਰੀਆਂ ਲੱਗੀਆਂ ਦੇਖ ਲਾ ਲਿਓ। ਨਾਲੇ ਤੁਸੀਂ ਗੱਲ ਸਮਝੇ, ਘਰ ਦਾ ਲੱਕ ਹੈ, ਤੁਹਾਡੀ ਸਰਕਾਰ ਹੈ, ਅੱਗੇ ਕਿਹੜਾ ਸੀ। ਹੁਣ ਜਿਹੜੀ ਗਰੰਟਾਂ ਆਉਂਦੀਆਂ, ਹੁਣ ਦੱਸਾਂ ਕੀ ਆਉਂਦੀਆਂ ਪਿੰਡਾਂ 'ਚ ਗਰੰਟ ਕਰ ਦਿੰਦੇ, 50,000, 55,000, 1,00,000 ਅਸੀਂ ਦਿੰਦੇ ਸੀ, 1,00,000, 2,00,000, 3,00,000, 16,00,000। ਇਹਨਾਂ ਮੈਂ ਤੈਨੂੰ ਹੋਰ ਦੱਸਾਂ, ਮੈਂ ਤਾਂ ਕਿਹਾ ਸਾਰੇ ਪਿੰਡਾਂ ਜਿੰਨੇ ਆਪਣੇ ਸਰਪੰਚ ਬਣੇ ਆ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਇਹਨਾਂ ਤੋਂ ਲਿਆਉਣਾ ਗਰਾਂਟ ਯਾਰ, ਸਹੁੰ ਖਾ ਲਓ। ਅਸੀਂ 2 ਸਾਲ ਲੈਂਦੇ ਨੀ ਗਰਾਂਟ, ਕੀ ਵੱਧ ਤੋਂ ਵੱਧ ਕੀ ਦੇ ਦਿੰਦੇ ਤੁਹਾਨੂੰ, 2,00,000, 4,00,000, 2 ਸਾਲਾਂ 'ਚ 5,00,000 ਦੇ ਦੇਣਗੇ। ਮੈਂ ਕਹਿੰਦਾ 1,00,000,000 ਰੁਪਏ ਦੀ ਬੋਰੀਆਂ ਸੁੱਟੂਗਾ ਤੁਹਾਡੇ ਕੋਲੇ, ਇਹਨਾਂ ਤੋਂ ਲੈਣ ਦੀ ਲੋੜ ਹੀ ਨਹੀਂ, ਕਿ 2 ਸਾਲ ਕਿਹੜਾ ਭੱਗਣ ਕੋਈ ਇਹਨਾਂ 'ਚ ਵਰਿਆ ਰਹਿ ਸਕਦੇ, ਇਹਨਾਂ ਦੀ ਗਰੰਟਾਂ 'ਤੇ ਕੋਈ ਫਰਕ ਨਹੀਂ ਪੈਂਦਾ, ਇਹਨਾਂ ਨੇ ਲੈਣਾ ਹੀ ਨਹੀਂ। ਆਪਾਂ ਤਾਂ ਆਪਾਂ ਸਿੱਧੇ ਆਪਣੇ ਸਰਕਾਰ ਬਣਾ ਕੇ ਫਿਰ ਆਪਾਂ ਨਜ਼ਾਰਾ ਲਿਆ ਦਾਂਗੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਠਿੰਡੇ ਵਾਲਾ ਨਜ਼ਾਰਾ ਆਜੂਗਾ, ਗੱਡੀ ਮਾਰ ਦੱਸਾਂ, ਆ ਤੁਸੀਂ ਸਾਨੂੰ ਰੋਕਿਆ, ਆ ਟੋਪੀ ਵਾਲੇ ਦੇ ਮਗਰ ਲੱਗ ਗਏ, ਸਾਡੀ ਵਧੀਆ ਸਪੀਡ ਨਾਲ ਗੱਡੀ ਚੱਲ ਪਈ ਸੀ, ਬ੍ਰੇਕਾਂ ਲਾ ਦੀਆਂ ਤੁਸੀਂ ਸਾਰੀਆਂ। ਅੱਛਾ ਹੁਣ ਉਹ ਤਿੱਲੀ ਤਿੱਲੀ ਹੋ ਤੱਕ ਪਤਾ ਨਹੀਂ ਕਿੱਧਰ ਗਾਇਬ ਗੁਬ ਹੋ ਗਏ, ਹੁਣ ਸਟਾਰਟ ਸ਼ੂਟ ਫਿਰ ਤੋਂ ਗੱਡੀ ਕੀਤੀ ਹੈ,
ਤੇ ਹੁਣ ਪਾਰਲੀਮੈਂਟ ਪੂਰੀ ਸਪੀਡ ਦੱਬ ਜਾਓ, ਜਿਸ ਸਪੀਡ ਨਾਲ ਮੈਨੂੰ ਲੱਗਦਾ ਆਪਾਂ ਅਗਲੇ ਅਸੈਂਬਲੀ ਵੀ ਪਾਰਲੀਮੈਂਟ ਦੀ ਸਪੀਡ ਫੜ ਲਈ ਨਾ ਤੁਸੀਂ 13 ਦੀ ਸੀਟਾਂ ਸੀਟਾਂ ਜਿੱਤ ਕੇ ਫਿਰ ਗੱਡੀ ਨੂੰ ਨਹੀਂ ਰੋਕ ਸਕਦਾ, ਫਿਰ ਤਾਂ ਆਪਣਾ ਟੱਪ ਜਾਵਾਂਗੇ। ਤੇ ਇਸ ਕਰਕੇ ਚੈਲ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਭਰਾਵਾਂ ਵਾਂਗੂ ਰੱਖਾਂਗੇ, ਪਰਿਵਾਰ ਵਾਂਗੂ ਰੱਖਾਂਗੇ, ਕੋਈ ਕੰਮ ਹੋਏ ਤਕਲੀਫ ਹੋ 40 ਮਿੰਟ ਦੂਰ ਹੈ ਆ ਜਾਓ, ਬਹੁਤ ਕੋਈ ਤਕਲੀਫ ਨਹੀਂ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਨੂੰ ਬੇਨਤੀ ਹੈ, ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਸ਼ਲ ਸਿੰਘ ਜੀ ਸ਼ਾਮਲ ਹੋ ਰਹੇ ਆ, ਚੈਲ ਸਾਹਿਬ ਦੇ ਨਾਲ ਉਹਨਾਂ ਨੂੰ ਸਰੋਪੇ। ਸਾਰੀ ਸੰਗਤ ਸਾਨੂੰ ਨਗਰ ਪੰਚਾਇਤਾਂ 'ਚ ਜੋ ਸਰਪੰਚ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ। ਜਰਨੈਲ ਸਿੰਘ ਐਮ ਸੀ ਜਗਦੇਵ ਸਿੰਘ ਜੀ ਜੋ ਸ਼ਾਮਲ ਹੋਣ ਆ ਰਹੇ ਨੇ, ਐਮ ਸੀ ਸਾਹਿਬ ਆਤਮਾ ਸਿੰਘ ਜੀ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ, ਸਰਦਾਰ ਹਰਨੇਕ ਸਿੰਘ ਜੀ ਐਮ ਸੀ, ਕਰਨਜੀਤ ਸਿੰਘ ਜੀ ਬਾਹੀਆ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ, ਅੰਮ੍ਰਿਤਪਾਲ ਸਿੰਘ ਜੀ ਰੰਧਾਵਾ ਜ਼ਿਲ੍ਹਾ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ, ਅਮਰਜੀਤ ਸਿੰਘ ਜੀ ਮੈਂਬਰ ਪੰਚਾਇਤ ਜੋਧਪੁਰ, ਨੈਣ ਸਿੰਘ ਜੀ ਸੀਨੀਅਰ ਲੀਡਰ ਕਾਂਗਰਸ, ਜਗਦੇਵ ਸਿੰਘ ਜੀ ਸੁਸਾਇਟੀ ਪ੍ਰਧਾਨ, ਜਸਵੀਰ ਸਿੰਘ ਜੀ ਗਹਿਰੀ, ਬਲਜੀਤ ਸਿੰਘ ਜੀ ਕੋਟਸ਼ਮੀਰ ਆਮ ਆਦਮੀ ਪਾਰਟੀ ਤੋਂ, ਅਜੈਬ ਸਿੰਘ ਜੀ ਪਾਲਾ ਸਿੰਘ ਜੀ ਚੰਦੋਆ ਕਾਂਗਰਸ ਤੋਂ, ਅਤੇ ਜਗਸੀਰ ਸਿੰਘ ਜੀ ਕੋਟਸ਼ਮੀਰ ਤੋਂ, ਜੋ ਬਹੁਤ ਹੀ ਸਾਡੇ ਸਤਿਕਾਰ ਜੋ ਅੱਜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ, ਸਵਾਗਤ ਕੀਤਾ ਜਾਂਦਾ।